सबकी परस्पेक्टिव है, वो तो परस्पेक्टिव को आप देख लेते हैं तस्वीर लगा। हाँ गड्डिया यार आ है यार। ਸਾਰੀਆਂ ਐਮਰਜੈਂਸੀ ਸਰਵਿਸ ਮੈਂ ਕਰ ਰਿਹਾ ਸੀ, ਮੈਂ ਕੱਲ੍ਹ ਤੋਂ ਲੱਗਿਆ ਹੋਇਆ ਜਦੋਂ ਮੈਨੂੰ ਲੱਗਾ ਸੀਗਾ ਵੀ ਜਿਹੜਾ ਇਨਐਵੀਟੇਬਲ ਹੈ ਜਿਹੜਾ ਫਾਰਮਰਸ ਦਾ ਪ੍ਰੋਟੈਸਟ ਹੈਗਾ ਇਨ ਲੀ ਆਫ ਦੈਟ, ਔਰ ਜਿਹੜਾ ਮੇਰਾ ਉਹ ਖਦਸ਼ਾ ਸੀਗਾ, ਮੇਰਾ ਕੁਛ ਐਕਸਪੀਰੀਅੰਸ ਵੀ ਸੀ ਪਹਿਲਾਂ ਉਹ ਬਿਲਕੁਲ ਉਸ ਤਰ੍ਹਾਂ ਹੀ ਹੋਇਆ। ਉਹਦੇ 'ਚ ਜੋ ਸਰਕਾਰ ਨੂੰ ਕਰਨਾ ਚਾਹੀਦਾ, ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੈਗੋਸ਼ੀਏਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ, ਬਟ ਜਦੋਂ ਹੁਣ ਜੋ ਉਹ ਪੀਸਫੁਲ ਮਾਰਚ ਕਰਕੇ ਆ ਰਹੇ ਆ ਅਤੇ ਅੱਗੇ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਅਤੇ ਕਈ ਵਾਰੀ ਕਲੈਸ਼ ਹੋ ਜਾਂਦਾ, ਔਰ ਉਹ ਗੱਲ ਹੋਈ ਵੀ ਕੱਲ੍ਹ ਜਿਹੜੇ ਸਾਡੇ ਤਕਰੀਬਨ ਜਿਹੜੇ ਸੀਗੇ ਉਹ 2.5 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸੀਮਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕੱਲ੍ਹ, ਅਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ। ਉਹਦੇ 6 ਇੰਜਰੀ ਵੀ ਸੀ, ਸੀਰੀਅਸ ਪੇਸ਼ੈਂਟ ਵੀ ਸੀ, ਇੱਕ ਦੇ ਫ੍ਰੈਕਚਰ ਹੋਇਆ, 3 ਪੇਸ਼ੈਂਟ ਰਜਿੰਦਰਾ ਹਸਪਤਾਲ 'ਚ ਦਾਖਲ ਹੋਇਆ ਉੱਥੋਂ, ਅਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ। ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਬਨੂੜ ਤੋਂ ਜਿਹੜਾ ਹੈਗਾ ਉਹ 32 ਵੀ ਭੇਜਿਆ ਗਿਆ। ਸੋ ਮੈਂ ਸਾਰੇ ਟਰੈਕ ਕਰ ਰਿਹਾ ਸੀ ਜਿੰਨਾ ਵੀ ਹੋਇਆ ਗਿਆ ਆਪਣੇ, ਚਾਹੇ ਉਹ ਮੋਹਾਲੀ ਤੋਂ ਸ਼ੁਰੂ ਕਰਕੇ ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ ਸਾਹਿਬ ਅਤੇ ਮਾਨਸਾ, ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਮੋਨੀਟਰਿੰਗ ਕਰ ਰਿਹਾ ਹਾਂ। ਸਾਡਾ ਰੈਗੂਲਰ ਗਰੁੱਪ ਬਣਿਆ ਹੋਇਆ, ਰੈਗੂਲਰ ਸਾਡੀਆਂ ਟਾਕਸ ਵੀ ਹੋ ਰਹੀਆਂ ਆਪਸ ਦੇ ਵਿੱਚ, ਕਾਨਫਰੰਸ ਕਾਲਸ ਵੀ ਹੋ ਰਹੀਆਂ, ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦੋਬਸਤ ਕੀਤਾ ਹੋਇਆ, ਉਹਦੇ 'ਚ ਐਂਬੂਲੈਂਸਿਸ ਵੀ ਲੱਗੀਆਂ ਹੋਈਆਂ ਸਾਡੀਆਂ।